ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵਿੰਦਰ ਸਿੰਘ ਯਾਨ ਇਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਕਲੌਦੀ ਵਿਖੇ, ਜਿੱਥੇ ਕਿ ਮੌਜੂਦਾ ਪਿੰਡ ਦੇ ਸਰਪੰਚ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਕਿ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ, ਇਹ ਇਹਨਾਂ ਦਾ ਪੁਤਲਾ ਫੂਕਣ ਦਾ ਕਾਰਨ ਕੀ ਹੈ, ਕੀ ਇਹਨਾਂ ਦੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ, ਗੱਲ ਕਰਦੇ ਹਾਂ ਮੌਜੂਦਾ ਸਰਪੰਚ ਸਾਹਿਬ ਦੇ ਨਾਲ। ਸਰਪੰਚ ਸਾਹਿਬ, ਇਹ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਹੈ, ਕੀ ਕਾਰਨ ਹੈ ਇਸਦੇ? ਇਹ ਮੋਦੀ ਨੇ ਜਿਹੜੀਆਂ ਜੀ ਆਹ ਮੰਡੀਆਂ ਬਾਰੇ ਕਿਸਾਨਾਂ ਦੇ ਵਜਨ ਜ਼ਿਆਦਾ ਪਤਾ ਅੜਤੀਆਂ 'ਤੇ, ਇਹਨਾਂ ਕਰਕੇ ਵੀ ਜਿਹੜਾ ਮਤਲਬ ਮੰਡੀਆਂ ਤੋੜਤੀਆਂ ਜਾਂ ਵੀ ਮਤਲਬ ਇਹਨਾਂ ਦੇ ਸਾਰੇ ਲਿੰਕ ਟੁੱਟ ਰਹੇ ਨੇ, ਇਹਨਾਂ ਕਰਕੇ ਅਤੇ ਵੀ ਇਹ ਫੂਕਿਆ ਜਾ ਰਿਹਾ ਮੋਦੀ ਦਾ, ਇਹਨਾਂ ਨੂੰ ਕਿਰਤਪਾਲ। ਹਾਂਜੀ ਸਰ, ਕਿਆ ਨਾਮ ਆਪਣਾ? ਕਿਰਤਪਾਲ ਸਿੰਘ ਕਲੌਦੀ। ਅੱਜ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਅਸੀਂ ਰੋਸ ਕਰ ਰਹੇ ਹਾਂ, ਜੋ ਕਿ ਬੀਜੇਪੀ ਸਰਕਾਰ, ਮੋਦੀ ਦੀ ਸੈਂਟਰ ਸਰਕਾਰ ਕਿਸਾਨਾਂ 'ਤੇ, ਮਜ਼ਦੂਰਾਂ 'ਤੇ, ਆੜ੍ਹਤੀਆਂ 'ਤੇ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੀ ਹੈ ਆਰਡੀਨੈਂਸ ਪਾਸ ਕਰਕੇ। ਇਹਦੇ ਨਾਲ ਕਿਸਾਨ, ਮਜ਼ਦੂਰ ਅਤੇ ਹੋਰ ਸਾਰਾ ਭਾਈਚਾਰਾ ਜੋ ਵੀ ਇਹਦੇ ਨਾਲ ਇਹ ਲਿੰਕ ਹੈ ਸਰਦਾਰ ਸਰ ਇਹਨਾਂ ਕਿਸਾਨ ਦੇ ਨਾਲ, ਇਸ ਕਰਕੇ ਜੇ ਇਹ ਆਰਡੀਨੈਂਸ ਪਾਸ ਹੋ ਜਾਂਦਾ ਤਾਂ ਮਤਲਬ ਹਰ ਇੱਕ ਤਰ੍ਹਾਂ ਦੇ ਇਨਸਾਨ 'ਤੇ, ਹਰ ਇੱਕ ਦੇ ਬਹੁਤ ਜ਼ਿਆਦਾ ਭਾਰੀ ਬੋਝ ਪਊਗਾ। ਇਹ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਕਦੇ ਇਸ ਨੂੰ ਪਾਸ ਨਹੀਂ ਹੋਣ ਦੇਵਾਂਗੇ, ਜੋ ਵੀ ਕਿਸਾਨ ਨੂੰ ਕੁਰਬਾਨੀਆਂ ਕਰਨੀਆਂ ਪੈਣਗੀਆਂ। ਬਾਕੀ ਸਾਡੀ ਕਾਂਗਰਸ ਪਾਰਟੀ ਹਮੇਸ਼ਾ ਹੀ ਇਸ ਦੇ ਵਿਰੁੱਧ ਰਹੂਗੀ, ਕਿਸਾਨਾਂ ਦੇ ਨਾਲ ਰਹੂਗੀ। ਬਾਕੀ ਇਹ ਜਿਹੜਾ ਸਰ ਤੁਹਾਡਾ ਸੰਘਰਸ਼ ਕੀਤਾ, ਸਰ ਇਹ ਕੀ ਇਕੱਲੇ ਪਿੰਡ ਹੀ ਹੈ ਜਾਂ ਕਿਤੇ ਹੋਰ ਵੀ ਇਕੱਲੇ ਪਿੰਡ ਹੈਗਾ ਜੀ? ਨਹੀਂ, ਅੱਜ ਸਾਡੇ ਪਿੰਡ ਦਾ, ਸਾਰੇ ਸਮੁੱਚੇ ਪਿੰਡ ਦਾ, ਸਾਰੀਆਂ ਕਿਸਾਨ ਯੂਨੀਅਨ, ਸਾਰੀਆਂ ਪਾਰਟੀਆਂ, ਜੋ ਵੀ ਚਾਹੇ ਅਕਾਲੀ ਦਲ ਹੈ ਚਾਹੇ ਕੋਈ ਹੈ, ਸਾਰੇ ਅਸੀਂ ਇਹਦੇ ਵਿੱਚ ਸਹਿਮਤ ਹਾਂ। ਸਾਡੇ ਸ਼ੀਤਲ ਸਿੰਘ ਹੈ ਜੀ ਮੇਰਾ ਨਾਮ। ਜੋ ਇਹਨਾਂ ਨੇ ਜੀ ਕਿਸਾਨਾਂ 'ਤੇ ਜਾਂ ਮਜ਼ਦੂਰਾਂ 'ਤੇ ਜਾਂ ਆੜ੍ਹਤੀਆਂ 'ਤੇ ਜਾਂ ਸਾਰੇ ਗਰੀਬ ਜਨਤਾ 'ਤੇ ਇਹਨਾਂ ਨੇ ਉਹ ਪਾਇਆ, ਇਹ ਇੱਕ ਮੌਤ ਦਾ ਧੰਦਾ ਫੰਦਾ ਪਾਤਾ ਗੱਲ ਦੇ ਵਿੱਚ, ਇਹ ਇਹਨੂੰ ਬਰਦਾਸ਼ਤ ਨਹੀਂ ਕਰ ਸਕਦੇ, ਇਹ ਬਹੁਤ ਨੁਕਸਾਨ ਕਰੂਗਾ, ਇਹ ਥੋੜ੍ਹਾ ਨਹੀਂ, ਇਹਦੇ 'ਚ ਗਰੀਬ ਵੀ ਮਾਰੇ ਜਾਣਗੇ ਅਤੇ ਹਾਲਤ ਵੀ ਮਾਰੇ ਜਾਣਗੇ, ਕਿਸਾਨਾਂ ਦਾ ਮਰਨਾ ਵੀ ਮਰਨਾ, ਕਿਸਾਨ ਜਿੱਥੇ ਸਾਡਾ ਕੰਮ ਚੱਲਦਾ, ਜੋ ਸਾਡੀਆਂ ਫਸਲਾਂ ਜਾਂਦੀਆਂ ਨੇ ਉੱਥੇ ਮੰਡੀ ਦੇ ਵਿੱਚ, ਕਿੰਨੇ ਕੰਮ ਮਜ਼ਦੂਰ ਕਰਦੇ ਨੇ, ਕਿੰਨੇ ਟਰੱਕ ਚੱਲਦੇ ਨੇ, ਕਿੰਨੇ ਬੰਦੇ ਕੰਮ ਕਰਦੇ ਨੇ, ਸਾਰੇ ਦਾ ਪੂਰਾ ਅਸਰ ਪੈਣਾ ਇਹ ਇਸ ਤਰ੍ਹਾਂ। ਅਤੇ ਆੜ੍ਹਤੀ ਸਾਨੂੰ ਅੱਜ ਤੋਂ ਕੋਈ ਪੈਸਾ ਨਹੀਂ ਦੇਣਗੇ ਉਹਨਾਂ ਨੇ, ਜਾਂ ਉਹਨਾਂ ਕੋਲ ਅਸੀਂ ਫਸਲ ਲੈ ਕੇ ਨਹੀਂ ਜਾਣੀ, ਕਿਉਂ ਦੇਣਗੇ ਸਾਡਾ ਉਹਨਾਂ ਨੇ ਕਤੋੜ ਰਹੇ ਜਾਣ ਕੇ ਇਹ, ਇਸ ਲਈ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ ਕਿ ਸਾਡਾ ਸੰਬੰਧ ਜਿਵੇਂ ਪਹਿਲਾਂ ਚੱਲਦਾ ਗੌਰਮੈਂਟ ਖਰੀਦਦੀ ਹੈ ਉਸ ਤਰ੍ਹਾਂ ਖਰੀਦ ਚਾਲੂ ਰੱਖੇ, ਅਤੇ ਸਾਨੂੰ ਫਿਰ ਅਸੀਂ ਇਹ ਤੋਂ ਇਲਾਵਾ ਨਹੀਂ, ਅਸੀਂ ਧਰਨੇ ਮੁਜ਼ਾਹਰੇ ਦਿੰਦੇ ਰਹਾਂਗੇ, ਬਾਕੀ ਸਾਨੂੰ ਚਾਹੇ ਜ਼ਿਲ੍ਹਾ ਜਾਣਾ ਪਵੇ ਅਸੀਂ ਜ਼ਿਲ੍ਹਾ ਵੀ ਜਾਵਾਂਗੇ, ਅਤੇ ਹੋਰ ਸਾਡਾ ਇਸ ਤੋਂ ਕੋਈ ਉਹ ਨਹੀਂ, ਨਾ ਹੀ ਅਸੀਂ ਰਾਸਤ ਕਰ ਸਕਦੇ ਇਸ ਚੀਜ਼ ਨੂੰ। ਮੰਗ ਕੀ ਕਰਦੇ ਜੀ ਪ੍ਰਸ਼ਾਸਨ ਤੋਂ? ਹਾਂਜੀ, ਮੰਗ ਕੀ ਕਰਦੇ ਪ੍ਰਸ਼ਾਸਨ ਤੋਂ? ਹੁਣ ਤਾਂ ਇਹੀ ਕਰਦੇ ਹਾਂ ਵੀ ਸਾਡਾ ਜਿਹੜਾ ਮਤਲਬ ਵੀ ਪਹਿਲਾਂ ਵਾਂਗੂ ਗੌਰਮੈਂਟ ਖਰੀਦੀ ਰਹੇ, ਭਾਅ ਬੰਦੀ ਰਹੇ, ਅਤੇ ਇਸ ਤਰ੍ਹਾਂ ਦੇ ਜਿਹੜੇ ਇਹਨੂੰ ਦੇ ਰਹੇ ਵਪਾਰੀਆਂ ਦੇ ਹੱਥਾਂ 'ਚ, ਉਹਨੇ ਸਾਨੂੰ ਭਾਅ ਹੀ ਦੇਣਾ। ਹੁਣੇ ਸਾਡਾ ਜੀਰੀ ਦਾ ਭਾਅ ਜਿਹੜੀ 1500 'ਤੇ ਆ ਰਹੀ ਹੈ, ਉਹ ਜੀ 1000-1500 'ਤੇ ਖਰੀਦ ਰਹੇ ਨੇ, ਜਿਹੜੀ ਪਿਛਲੇ ਸਾਲ 2500 ਖਰੀਦੀ ਤੀ, ਇਸ ਲਈ ਦੂਜੀ ਫਸਲ ਦਾ ਵੀ ਸਾਡਾ ਭਾਅ ਡਾਊਨ ਜਾਊਗਾ, ਜਾਂ ਜ਼ਿਮੀਂਦਾਰ ਡਾਊਨ ਹੋ ਗਿਆ, ਸਾਰੇ ਚੀਜ਼ਾਂ ਡਾਊਨ ਜਾਣਗੀਆਂ। ਇਸ ਲਈ ਸਾਡੀ ਇਹ ਮੰਗ ਹੈ ਵੀ ਇਹ ਜਿਹੜਾ ਇਹਨਾਂ ਨੇ ਤੋੜਿਆ ਵੀ ਇਹ ਤੋੜਨਾ ਨਹੀਂ ਚਾਹੀਦਾ, ਮੰਡੀਕਰਨ ਜਾਂ ਮਤਲਬ ਵੀ ਭਾਅ ਗੌਰਮੈਂਟ ਖੜੀ ਬਰਾਬਰ ਖੜੇ ਤਾਂ ਹੀ ਸਾਨੂੰ ਠੀਕ ਮੰਗ ਹੈ। ਸੋ ਕੈਮਰਾਮੈਨ ਕੁਲਵਿੰਦਰ ਮਿਤਨ ਦੇ ਨਾਲ ਕੁਲਵਿੰਦਰ ਸਿੰਘ, ਰਿਪੋਰਟ ਆਜ਼ਾਦ ਨਿਊਜ਼ ਟੀਵੀ ਸੰਗਰੂਰ।